ਪਿੰਡ ਡਾਵਾਲਾ ਕਲਾਂ ਤਹਿਸੀਲ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਫਾਜ਼ਿਲਕਾ ਅਸੀਂ ਡਾਵਾਲਾ ਕਲੋਨੀ 'ਚ ਰਹਿੰਦੇ ਹਾਂ ਜਿਹੜੀ ਦਿਆਲ ਬਸਤੀ ਹੈ ਸਾਡੀ ਸਾਡੇ ਨਾਲ ਫੂਡ ਫੈਕਟਰੀ ਹੈ ਜਿਸ ਦੀ ਉਹਨਾਂ ਨੂੰ ਤੂੜੀ ਦੀ ਲੋੜ ਹੈ ਉਹ ਚੁਣੀ 'ਚ ਤੂੜੀ ਬਾਲਦੇ ਆ ਔਰ ਸਾਡੇ 16-17 ਕਿੱਲਿਆਂ ਦੇ ਵਿੱਚ ਨਜ਼ਦੀਕ ਸਾਡਾ ਕਲੋਨੀ ਆ ਕਲੋਨੀ ਦੇ ਨਾਲ ਨਾਲ ਤੋੜ ਤੂੜੀ ਸੁੱਟੀ ਹੋਈ ਆ ਸਾਡੇ ਘਰਾਂ ਦੇ ਵਿੱਚ ਸਾਡੇ ਬਿਸਤਰਿਆਂ ਦੇ ਵਿੱਚ ਸਾਡੇ ਬੱਚਿਆਂ ਦੇ ਸਕੂਲ ਦੇ ਬਸਤਿਆਂ ਦੇ ਵਿੱਚ ਵੀ ਤੂੜੀ ਪਈ ਹੁੰਦੀ ਆ ਅਤੇ ਗਰੀਬ ਬੰਦੇ ਨੂੰ ਸਾਹ ਲੈਣਾ ਵੀ ਔਖਾ ਅਤੇ ਫੇਫੜਿਆਂ ਨੂੰ ਵੀ ਸਾਨੂੰ ਇਹ ਨੁਕਸਾਨ ਹੋ ਰਿਹਾ ਸਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਸਾਡੇ ਪਰਿਵਾਰ ਜਿੰਨੇ ਵੀ ਨੇ ਸਭ ਇਸ ਤੋਂ ਪੀੜਤ ਆ ਜੋ ਹਨੇਰੀ ਆਉਂਦੀ ਆ ਘਰਾਂ ਦੇ ਵਿੱਚ ਅੰਦਰਾਂ ਦੇ ਵਿੱਚ ਹਰ ਥਾਂ ਦੇ ਉੱਤੇ ਤੂੜੀ ਤੂੜੀ ਸਾਨੂੰ ਦਿਸਦੀ ਆ ਸਾਨੂੰ ਸਾਹ ਲੈਣਾ ਵੀ ਔਖਾ ਸਾਨੂੰ ਇਸ ਤੋਂ ਨਿਜਾਤ ਦਵਾਇਆ ਜਾਵੇ ਅਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਅਸੀਂ 27 ਤਰੀਕ ਨੂੰ ਆਹ ਐਪਲੀਕੇਸ਼ਨ ਦਿੱਤੀ ਸੀ 27 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਸੀ ਅੱਜ ਤੱਕ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਇਸ ਕਰਕੇ ਅੱਜ ਮੀਡੀਆ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਇੱਥੇ ਅੱਗ ਵੀ ਲੱਗ ਸਕਦੀ ਹੈ ਅੱਗ ਲੱਗਣ ਦਾ ਵੀ ਖਤਰਾ ਜੀ ਇੱਥੇ ਅੱਗ ਲੱਗਣ ਦਾ ਖਤਰਾ ਆ ਦਮ ਘੁੱਟ ਕੇ ਅੱਗ ਲੱਗ ਗਈ ਦਮ ਘੁੱਟ ਕੇ ਬੰਦਿਆਂ ਨੂੰ ਮਰਨ ਦਾ ਵੀ ਖਤਰਾ ਹੈ ਜੀ ਇੱਥੇ ਉਹ ਇੱਥੇ ਹਰ ਚੀਜ਼ ਜਾਨੀ ਮਾਲੀ ਨੁਕਸਾਨ ਸਾਰੇ ਹੋ ਸਕਦੇ ਆ ਜੀ ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜੀ ਥਾਂ ਹੈ ਇੱਥੋਂ 4-5 ਕਿੱਲੇ ਵਿਹਲੀ ਕੀਤੀ ਜਾਵੇ ਤੂੜੀ ਤਾਲੀ ਆ ਰਾਹ ਆ ਮਾਹੂ ਵਾਲਾ ਰਾਹ ਆ ਜਿੱਥੋਂ ਪਿੰਡ ਬਹੁਤ ਦੂਰ ਹੈਗੇ ਆ ਤੂੜੀ ਉੱਥੇ ਲਈ ਜਾਵੇ ਇਸ ਤਰ੍ਹਾਂ ਜੀ ਬਈ ਜਿਹੜੀ ਤੁਸੀਂ ਇਹ ਮੈਨੂੰ ਗੱਲ ਕੀਤੀ ਹੈ ਮੇਰੇ ਤਾਂ ਹਜੇ ਤੱਕ ਇਹ ਨੋਟਿਸ 'ਚ ਹੈ ਨਹੀਂ ਮੇਰੇ ਧਿਆਨ 'ਚ ਨਹੀਂ ਹੈ ਪਰ ਹੁਣ ਤੁਸੀਂ ਗੱਲ ਦਾ ਜ਼ਿਕਰ ਕੀਤਾ ਵਾ ਤਾਂ ਮੇਰੇ ਇਹ ਗੱਲ ਧਿਆਨ 'ਚ ਆ ਗਈ ਹੈ ਠੀਕ ਹੈ ਵੀ ਉੱਥੇ ਜਿਹੜਾ ਮੈਗਾ ਫੂਡ ਪਾਰਕ ਸਾਡੇ ਇੱਥੇ ਇੱਕ ਹੈਗਾ ਵਾ ਪਿਛਲੇ 2-3 ਸਾਲ ਤੋਂ ਬੜਾ ਵੱਡਾ ਮੈਗਾ ਫੂਡ ਪਾਰਕ ਆ ਪਿੰਡ ਡੱਬਵਾਲਾ ਕਲਾਂ ਦੇ ਵਿੱਚ ਹੈਗਾ ਜਿਹੜਾ ਕਿ ਯੂਨੀਅਨ ਸੈਂਟਰ ਗੌਰਮੈਂਟ ਦੀ ਹੈਲਪ ਦੇ ਨਾਲ ਬਣਾਇਆ ਗਿਆ ਵਾ ਔਰ ਬਹੁਤ ਅੱਛਾ ਚੱਲ ਰਿਹਾ ਵਾ ਅਤੇ ਸ਼ਾਇਦ ਫਾਜ਼ਿਲਕਾ ਦੇ ਹੀ ਬੰਦੇ ਆ ਜਿਹੜੇ ਉਸ ਮੈਗਾ ਫੂਡ ਪਾਰਕ ਦੇ ਮਾਲਕ ਹੈ ਅਤੇ ਬਾਕੀ ਜਿਹੜੀ ਦਲਿਤ ਨਾਲ ਤੁਸੀਂ ਦੱਸ ਰਹੇ ਹੋ ਵੀ ਦਲਿਤ ਕਲੋਨੀ ਹੈ ਵੀ ਉੱਥੇ ਤੂੜੀ ਸਟੋਰ ਕੀਤੀ ਹੈ ਅਤੇ ਜੇ ਤੂੜੀ ਦੇ ਸਟੋਰ ਕਰਨ ਦੇ ਨਾਲ ਜੇ ਉੱਥੇ ਕਿਸੇ ਤਰ੍ਹਾਂ ਦਾ ਕੋਈ ਰਿਸਕ ਹੁੰਦਾ ਵਾ ਪਬਲਿਕ ਲਾਈਫ ਨੂੰ ਜਾਂ ਨਾਲ ਦੀ ਕਲੋਨੀ ਨੂੰ ਜਾਂ ਗਰੀਬ ਬੰਦਿਆਂ ਨੂੰ ਲੋਕਾਂ ਨੂੰ ਤਾਂ ਉਹਦੇ ਲਈ ਅਸੀਂ ਇਸ ਗੱਲ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਾਂ ਉਪ ਮੰਡਲ ਮੈਜਿਸਟਰੇਟ ਫਾਜ਼ਿਲਕਾ ਜਾਂ ਜਿਹੜੇ ਵੀ ਕੰਸਰਨਡ ਅਧਿਕਾਰੀ ਹੋਣਗੇ ਵੱਡੇ ਉਹਨਾਂ ਦੇ ਨੋਟਿਸ ਲਿਆਵਾਂਗੇ ਔਰ ਜੋ ਵੀ ਬਣਦੀ ਕਾਰਵਾਈ ਉਹਨਾਂ ਲੋਕਾਂ ਦੀ ਸੇਫਟੀ ਲਈ ਹੋਵੇਗੀ ਉਹ ਕੀਤੀ ਜਾਵੇ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਕੰਪਲੇਂਟ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਦਿੱਤੀ ਗਈ ਹੋਵੇਗੀ ਡੀ ਸੀ ਸਾਹਿਬ ਦੇ ਵੀ ਧਿਆਨ 'ਚ ਹੋਵੇਗੀ ਲੇਕਿਨ ਮੇਰੇ ਇਹ ਧਿਆਨ 'ਚ ਤੁਹਾਡੇ ਦੱਸਣ ਦੇ ਨਾਲ ਹੀ ਧਿਆਨ 'ਚ ਆਈ ਹੈ ਇਸ ਤੋਂ ਬਾਅਦ ਜੋ ਸਾਡੀ ਡਿਊਟੀ ਹੋਏਗੀ ਲੋਕਾਂ ਦੀ ਸੇਫਟੀ ਵਾਸਤੇ ਵੀ ਲੋਕਾਂ ਨੂੰ ਕਨਵਿੰਸ ਕਰਨਾ ਜਾਂ ਤੂੜੀ ਨੂੰ ਉੱਥੋਂ ਹਟਾਉਣਾ ਜਾਂ ਮੈਗਾ ਫੂਡ ਪਾਰਕ ਦੇ ਜਿਹੜੇ ਓਨਰ ਹੈਗੇ ਉਹਨਾਂ ਨਾਲ ਗੱਲ ਕਰਨੀ ਹੈ ਵੀ ਜੋ ਪ੍ਰੈਕਟੀਕਲੀ ਜੋ ਵੀ ਸਾਨੂੰ ਕਰਨਾ ਪਏਗਾ ਜਾਂ ਜੋ ਸਾਨੂੰ ਸੀਨੀਅਰ ਆਫਿਸਰ ਡਾਇਰੈਕਸ਼ਨ ਦੇਣਗੇ ਉਹਦੇ ਅਨੁਸਾਰ ਅਸੀਂ ਕਾਰਵਾਈ ਕਰਕੇ ਲੋਕਾਂ ਦੀ ਹਿਫਾਜ਼ਤ ਲਈ ਕਾਰਵਾਈ ਕਰਾਂਗੇ ਸਾਡੇ ਲਾਗੇ ਘਰ ਛੋਟੇ ਛੋਟੇ ਸਾਡੇ ਬੱਚੇ ਕਿਸੇ ਸਾਡੇ ਵਰਗਿਆਂ ਨੂੰ ਅੱਖਾਂ ਤੋਂ ਘੱਟ ਵੀ ਦੀਦਾ ਅਤੇ ਅਸੀਂ ਅੱਗ ਮਚਾਈਏ ਰੋਟੀ ਬਣਾਈਏ ਅਤੇ ਕੋਲਾ ਡੇਕ ਜੇ ਅੱਗ ਲੱਗ ਜੇ ਸਾਡਾ ਕੌਣ ਵਾਲੀ ਵਾਰ ਸੀ ਜੀ ਸਾਰੀ ਤੂੜੀ ਨੂੰ ਲੱਗ ਜਾਵੇ ਸਾਡੇ ਘਰਾਂ ਦੇ ਨਾਲ ਸਾਰਿਆਂ ਨੂੰ ਆਖਿਆ ਫੈਕਟਰੀ ਵਾਲਿਆਂ ਨੂੰ ਵੀ ਸਾਡੀ ਕਿਸੇ ਨੇ ਸੁਣਾਈ ਨਹੀਂ ਗੱਲ ਸੁਣੀ ਸਾਡੇ ਘਰਾਂ ਦੇ ਲਾਗੇ ਤੂੜੀ ਬਹੁਤ ਸੁੱਟੀ ਪਈ ਹੈ ਅਸੀਂ ਬਹੁਤ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਡੇ ਖਾਣੇ ਦੇ ਵਿੱਚ ਵੀ ਰੋਟੀਆਂ ਦੇ ਵਿੱਚ ਪੈ ਜਾਂਦੀ ਹੈ ਅਸੀਂ ਇੰਨਾ ਦੁਖੀ ਹੁੰਦੇ ਨਾ ਅਸੀਂ ਦਿਹਾੜੀਦਾਰ ਬੰਦੇ ਹਾਂ ਕਮਾਈ ਕਰਕੇ ਖਾਣ ਵਾਲੇ ਹਾਂ ਸਾਡਾ ਖਰਚਾ ਵੀ ਬੇਕਾਰ ਹੋ ਜਾਂਦਾ ਹੈ ਸਾਡੀ ਬਿਲਕੁਲ ਸੁਣਾਈ ਨਹੀਂ ਹੁੰਦੀ ਪਈ ਅਸੀਂ ਦੱਸੋ ਜਾਂ ਤਾਂ ਸਾਡੇ ਸਾਰੇ ਘਰ ਪਰਿਵਾਰ ਨੂੰ ਹੀ ਕਿਤੇ ਸਾਈਡ 'ਤੇ ਕਰਕੇ ਕੀਤਾ ਜਾਵੇ ਜੇ ਨਹੀਂ ਸਾਡੀ ਸੁਣਾਈ ਸੁਣਨੀ ਤਾਂ ਅਸੀਂ ਗਰੀਬ ਬੰਦੇ ਕਿੱਥੇ ਚਲੇ ਜਾਈਏ ਅੱਗੇ ਸਾਨੂੰ ਫੈਕਟਰੀ ਲਾ ਕੇ ਲਾ ਦਿੱਤੀ ਤਾਂ ਅਸੀਂ ਦੁਖੀ ਹੋ ਗਏ ਕਾਲਖ ਨਾਲ ਦਿਨ ਰਾਤ ਸਾਡੇ ਗਲੇ ਖਰਾਬ ਹੋ ਜਾਂਦੇ ਸੀ ਜੇ ਅਸੀਂ ਹੁਣ ਤੂੜੀ ਦਾ ਰਹਿੰਦੀ ਬਾਕੀ ਸਾਡੇ ਅੱਗੇ ਤੂੜੀ ਸੁੱਟ ਦਿੱਤੀ ਹੈ ਅਸੀਂ ਅੱਧੀ ਤੂੜੀ ਖਾਂਦੇ ਅਤੇ ਅੱਧੀ ਅਸੀਂ ਆਟਾ ਖਾਂਦੇ ਹਾਂ ਇਹ ਸਾਡੀ ਬੇਨਤੀ ਆ ਵੀ ਸਾਡੇ ਕੋਲ ਇਹ ਤੂੜੀ ਚੁੱਕੀ ਜਾਵੇ ਮਨਜੀਤ ਕੌਰ ਜੀ ਸਾਡੀ ਘਰ ਦੇ ਲਾਗੋਂ ਤੂੜੀ ਚੱਕੀ ਜਾਵੇ ਮੇਰਾ ਘਰ ਤਾਂ ਬਿਲਕੁਲ ਨਾ ਕੋਈ ਕੰਧ ਨਹੀਂ ਕੋਈ ਕੌਲਾ ਨਹੀਂ ਇਹ ਸਫਾਈ ਕੀਤੀ ਜਾਵੇ ਸਾਡੇ ਖਾਣੇ ਵਿੱਚ ਪੈਂਦੀ ਆ ਤੂੜੀ ਨਿੱਕੇ ਨਿੱਕੇ ਬੱਚੇ ਆ ਸਾਡੇ ਸਾਡੇ ਕੱਪੜਿਆਂ 'ਤੇ ਸਾਡੇ ਉੱਤੇ ਸਾਰੇ ਤੂੜੀ ਪੈਂਦੀ ਆ ਇੱਥੇ ਸਫਾਈ ਕੀਤੀ ਜਾਵੇ ਸਾਡੀ ਇਹੀ ਬੇਨਤੀ ਹੋਈ ਆ ਸਫਾਈ ਕੀਤੀ ਜਾਵੇ
ਸਾਡੇ ਉੱਤੇ ਪੈਂਦੀ ਹੈ। ਫੈਕਟਰੀ ਵਾਲਿਆਂ ਨੂੰ ਕਿਹਾ ਤੁਸੀਂ? ਹਾਂਜੀ, ਉਹਨਾਂ ਨੂੰ ਵੀ ਆਖਿਆ, ਕੋਈ ਸੁਣਾਈ ਤੇ ਕੋਈ ਸੁਣਾਈ ਨਹੀਂ ਹੋਈ ਸਾਡੀ। ਸਾਡੇ ਖਾਣੇ 'ਚ ਪੈਂਦੀ ਆ ਮੇਨ, ਸਾਡੇ ਅੱਖਾਂ 'ਚ ਪੈਂਦੀ ਆ, ਸਾਨੂੰ ਕੁਛ ਨਹੀਂ ਦਿੰਦਾ।